ਬੀਜਿੰਗ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕ ਮਹਾਂਸ਼ਕਤੀ ਚੀਨ ਦੀ ਅਸਲ ਸਥਿਤੀ ਹੁਣ ਦੁਨੀਆ ਸਾਹਮਣੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਡੰਡੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਇੰਨੀ ਮਾੜੀ ਹੈ ਕਿ ਸਰਕਾਰ ਨੇ ਆਪਣੇ ਅੰਕੜੇ ਛੁਪਾਉਣੇ ਸ਼ੁਰੂ ਕਰ ਦਿੱਤੇ ਹਨ। ਡੰਡੀ ਸਥਿਤੀ ਇੰਨੀ ਖਰਾਬ ਹੈ, ਇਸ ਦਾ ਅੰਦਾਜ਼ਾ ਇੱਕ ਨੌਕਰੀ ਦੇ ਇਸ਼ਤਿਹਾਰ ਤੋਂ ਲਗਾਇਆ ਜਾ ਸਕਦਾ ਹੈ। ਇਸ ਨੇ ਚੀਨ ਦੇ ਸੋਸ਼ਲ ਮੀਡੀਆ 'ਤੇ ਕਲਵਲੀ ਮਚਾ ਦਿੱਤੀ ਹੈ। ਡੰਡੀ ਪਿਛਲੇ ਸਾਲ ਜੁਲਾਈ 'ਚ ਚੀਨ 'ਚ ਬੇਰੁਜ਼ਗਾਰੀ ਦੀ ਦਰ ਵੱਧ ਕੇ 5.3% ਹੋ ਗਈ ਸੀ। ਡੰਡੀ ਇਸ ਦੌਰਾਨ ਚੀਨ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੇ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਕੈਸ਼ੀਅਰਾਂ ਦੀ ਭਾਲ ਵਿੱਚ ਇੱਕ ਨੌਕਰੀ ਦਾ ਇਸ਼ਤਿਹਾਰ ਜਾਰੀ ਕੀਤਾ। ਡੰਡੀ ਇਸ ਇਸ਼ਤਿਹਾਰ ਦੀ ਪੋਸਟ ਨੂੰ ਹੁਣ ਤੱਕ 14 ਕਰੋੜ ਲੋਕ ਦੇਖ ਚੁੱਕੇ ਹਨ ਅਤੇ 41,000 ਤੋਂ ਵੱਧ ਲੋਕ ਇਸ 'ਤੇ ਭਾਵੁਕ ਟਿੱਪਣੀਆਂ ਕਰ ਚੁੱਕੇ ਹਨ। ਡੰਡੀ ਚੀਨੀ ਕਰਿਆਨੇ ਦੇ ਸਟੋਰ ਵੱਲੋਂ 18 ਤੋਂ 30 ਸਾਲਾਂ ਦੇ ਲੋਕਾਂ ਲਈ ਜਾਰੀ ਕੀਤਾ ਗਿਆ ਤਾਜ਼ਾ ਇਸ਼ਤਿਹਾਰ ਕੋਈ ਪਹਿਲਾ ਮਾਮਲਾ ਨਹੀਂ ਹੈ। ਡੰਡੀ ਇਸ ਤੋਂ ਪਹਿਲਾਂ ਸੁਪਰਮਾਰਕਿਟ ਚੇਨ ਪੰਗਡੋਂਗ ਲਾਈ ਦੇ ਇੱਕ ਤਾਜ਼ਾ ਇਸ਼ਤਿਹਾਰ ਵਿੱਚ ਵਿਤਕਰੇ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਡੰਡੀ ਪੰਗਡੋਂਗ ਲਾਈ ਨੇ ਜਿਹੜੇ ਅਹੁਦੇ ਭਰਨ ਦੀ ਕੋਸ਼ਿਸ਼ ਕੀਤੀ ਉਸ ਲਈ ਵੱਧ ਤੋਂ ਵੱਧ ਉਮਰ 30 ਸਾਲ ਨਿਰਧਾਰਿਤ ਕੀਤੀ ਗਈ ਸੀ। ਡੰਡੀ ਪੂਰਬੀ ਸੂਬੇ ਚਿੰਜਿਆਂਗ ਦੇ ਨਿੰਗਬੋ
ਸ਼ਹਿਰ ਦੇ ਇੱਕ ਉਪਭੋਗਤਾ ਨੇ ਵੀਬੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਚੀਨ ਵਿੱਚ ਨੌਕਰੀ ਪ੍ਰਾਪਤ ਕਰਨਾ ਹੁਣ ਆਸਾਨ ਨਹੀਂ ਹੈ। ਡੰਡੀ ਇੱਕ ਨੇਟੀਜ਼ਨ ਨੇ ਲਿਖਿਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਨੌਕਰੀ ਲੱਭਣੀ ਆਸਾਨ ਹੈ। ਪ੍ਰਸ਼ਨ ਚਿੰਨ੍ਹ ਇੱਕ ਹੋਰ ਵੀਵੋ ਯੂਜ਼ਰ ਨੇ ਲਿਖਿਆ, ਮੈਂ ਹੁਣ ਸਾਲ 33 ਦਾ ਹੋ ਗਿਆ ਹਾਂ ਪਰ ਅਜੇ ਤੱਕ ਮੇਰੇ ਕੋਲ ਕੋਈ ਨੌਕਰੀ ਨਹੀਂ ਹੈ। ਟੰਡੀ ਪਿਛਲੇ 3 ਸਾਲਾਂ ਤੋਂ ਨੌਕਰੀ ਦੀ ਭਾਲ ਕਰ ਰਿਹਾ ਹਾਂ। ਡੰਡੀ ਐਕਸਪ੍ਰੈਸ ਵਿੱਚ ਕਈਆਂ ਨੇ ਕਿਹਾ ਹੈ ਕਿ ਇਹ ਇਸ਼ਤਿਹਾਰ ਆਬਾਦੀ ਦੇ ਇੱਕ ਵੱਡੇ ਮੱਧ ਉਮਰ ਦੇ ਸਮੂਹ ਦੀ ਦੁਰਦਸ਼ਾ ਨੂੰ ਉਜਾਗਰ ਕਰਦਾ ਹੈ ਕਿਉਂਕਿ ਸਰਕਾਰ ਉੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰਾਂ ਨਾਲ ਲੜਨ ਅਤੇ ਕਾਲਜ ਗ੍ਰੈਜੂਏਟਾਂ ਵਿੱਚ ਉੱਚ ਅਤੇ ਰਿਕਾਰਡ ਬੇਰੁਜ਼ਗਾਰੀ ਨਾਲ ਨਜਿੱਠਣ 'ਤੇ ਧਿਆਨ ਕੇਂਦਰਿਤ ਕਰਦੀ ਹੈ। ਡੰਡੀ ਪਰ 30 ਸਾਲ ਤੋਂ ਵੱਧ ਉਮਰ ਦੇ ਜਾਂ ਬੇਰੁਜ਼ਗਾਰ ਲੋਕਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਡੰਡੀ ਆਪਣੀ ਦੁਰਦਸ਼ਾ ਸਾਂਝੀ ਕਰਦੇ ਹੋਏ ਇੱਕ ਨੌਜਵਾਨ ਯੂਜ਼ਰ ਨੇ ਲਿਖਿਆ, ਮੈਂ ਸਿਰਫ 29 ਸਾਲਾਂ ਦਾ ਹਾਂ, ਅਣਵਿਆਹਿਆ ਹਾਂ ਅਤੇ ਮੇਰੇ ਕੋਈ ਬੱਚੇ ਨਹੀਂ ਹਨ ਪਰ ਗ੍ਰੈਜੂਏਸ਼ਨ ਤੋਂ ਬਾਅਦ ਮੈਨੂੰ 3 ਵਾਰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਡੰਡੀ ਕੋਈ ਵੀ ਜ਼ਿੰਮੇਵਾਰੀ ਨਾ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਕੰਪਨੀ ਨੇ ਮੇਰੇ ਬਾਇਓਡਾਟਾ ਦਾ ਜਵਾਬ ਨਹੀਂ ਦਿੱਤਾ ਹੈ। ਡੰਡੀ ਇੱਕ ਹੋਰ ਯੂਜ਼ਰ ਨੇ ਗੁੱਸੇ ਨਾਲ ਭਰੇ ਇਮੋਜੀ ਨਾਲ ਪੋਸਟ ਕੀਤਾ ਕਿ ਪਹਿਲਾਂ 35 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਨੌਕਰੀ ਲੱਭਣਾ ਮੁਸ਼ਕਿਲ ਸੀ, ਹੁਣ ਇਹ 30 ਸਾਲ ਦੀ ਉਮਰ ਵਾਲਿਆਂ 'ਤੇ ਵੀ ਬੇਰੁਜ਼ਗਾਰੀ ਦਾ ਸੰਕਟ ਆ ਗਿਆ ਹੈ। ਡੰਡੀ ਲਓ ਜੀ, ਇੱਥੇ ਆਪਣੀ ਜਿਹੜੀ ਡਿਕਟੇਸ਼ਨ ਸੀ ਕੰਪਲੀਟ ਹੋ ਗਈ ਹੈ। 85 ਵਰਡ ਪਰ ਮਿੰਟ ਦੀ ਡਿਕਟੇਸ਼ਨ ਸੀ। ਜੇਕਰ ਤੁਹਾਨੂੰ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੀ ਡਿਕਟੇਸ਼ਨ ਮਿਲਦੀਆਂ ਰਹਿਣਗੀਆਂ, ਸਾਡੇ ਚੈਨਲ ਨਾਲ ਬਣੇ ਰਹੋ। ਫਿਰ ਮਿਲਾਂਗੇ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।